ਅਸਲਾਮ ਅਲੈਕਮ ਅੱਜ ਮੈਂ ਆਪਣਾ ਫਿਰ ਕਰੋਨਾ ਤੇ ਗਾਣਾ ਬਿਆ ਸੁਣਾਣਾ ਲੋਕਾਂ ਨੂੰ ਲੋਕੋ ਯੂਕੇ ਦੇ ਵਿੱਚ ਫਿਰ ਕਰੋਨਾ ਦੀ ਦੂਸਰੀ ਲਹਿਰ ਵੀ ਪਰ ਲੈਂਡ ਕਰ ਚੁੱਕੀ ਏ ਕੋਈ ਦੋ ਹਫ਼ਤੇ ਹੋ ਚੁੱਕੇ ਨੇ ਲੋਕੀ ਬੜੇ ਬੜੇ ਪਰੇਸ਼ਾਨ ਨੇ ਕ੍ਰਿਸਮਸ ਦੀਆਂ ਛੁੱਟੀਆਂ ਵੀ ਉਹਨਾਂ ਦੀਆਂ ਠੀਕ ਨਾ ਹੋ ਸਕੀਆਂ ਲੰਡਨ ਦੇ ਵਿੱਚ ਟੀਅਰ 4 ਆ ਗਿਆ ਏ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਜਾ ਕੇ ਨਹੀਂ ਮਿਲ ਸਕਦੇ ਓਨਲੀ ਜਾ ਕੇ ਕੋਈ ਚੰਦ ਘੰਟਿਆਂ ਵਾਸਤੇ ਬੈਠਣਗੇ ਰਾਤ ਵੀ ਨਹੀਂ ਰਹਿ ਸਕਦੇ ਉਸ ਤੋਂ ਬਾਅਦ ਪੂਰੇ ਯੂਰਪ ਦੇ ਵਿੱਚ ਕਰੋਨਾ ਆ ਗਿਆ ਏ ਜਰਮਨੀ 'ਚ ਆ ਗਿਆ ਫਰਾਂਸ ਦੇ ਵਿੱਚ ਆ ਗਿਆ ਇਟਲੀ ਦੇ ਵਿੱਚ ਆ ਗਿਆ ਸਪੇਨ ਦੇ ਵਿੱਚ ਵੀ ਪਹੁੰਚ ਚੁੱਕਾ ਏ ਉਸ ਤੋਂ ਬਾਅਦ ਈਸਟਰਨ ਯੂਰਪ ਵੱਲ ਵੀ ਪਹੁੰਚਿਆ ਹੋਇਆ ਸਾਰੀਆਂ ਫਲਾਈਟਾਂ ਬੰਦ ਹੋ ਗਈਆਂ ਨੇ ਯੂਕੇ ਦੇ ਵਿੱਚ ਤੇ ਕੋਈ 60 ਕੰਟਰੀਆਂ ਦੀਆਂ ਫਲਾਈਟਾਂ ਨਹੀਂ ਆ ਸਕਦੀਆਂ ਨਾ ਜਾ ਸਕਦੀਆਂ ਨੇ ਬਾਕੀ ਆਪਣੇ ਪਾਕਿਸਤਾਨ ਦੇ ਵਿੱਚ ਵੀ ਦੁਬਾਰਾ ਕਰੋਨਾ ਵਾਇਰਸ ਆਇਆ ਹੋਇਆ ਉੱਥੇ ਦੇਖੋ ਤੁਸੀਂ ਆਪਣਾ PDM ਵਾਲੇ ਮੌਲਵੀ ਆਪਣੀਆਂ ਤਕਰੀਰਾਂ ਪਿਆ ਕਰਦਾ ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ ਉੱਧਰੋਂ ਨਾਲ ਉਹਦੇ ਛਮਕ ਛੱਲੋ ਨਵਾਜ਼ ਸ਼ਰੀਫ ਸਾਹਿਬ ਦੀ ਧੀ ਕਰੋਨਾ ਬਚਾ ਦੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਵੀ ਕਰਦਾ ਤਬਾਹੀਆਂ ਮਚਵਾ ਦੇਣੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਕਰੋਨਾ ਨੇ ਤਬਾਹੀਆਂ ਮਚਾ ਦਿੱਤੀਆਂ ਨੇ 331,000 ਬੰਦੇ ਅੱਜ ਤੱਕ ਮਰ ਚੁੱਕੇ ਨੇ ਅੱਜ 26 ਦਸੰਬਰ ਏ ਮਗਰ ਉੱਥੇ ਵੀ ਦੇਖੋ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਵੀ ਕੁਛ ਨਹੀਂ ਕੀਤਾ ਉਹ ਆਪਣੀਆਂ ਯਾਸ਼ੀਆਂ ਕਰਨ 'ਚ ਗਿਆ ਹੋਇਆ ਫਲੋਰਿਡਾ ਕਰ ਲਾਗੋ ਆਪਣੀ ਯਾਸ਼ੀ ਪਿਆ ਕਰਦਾ ਜਾ ਕੇ ਗੋਲਫ ਪਿਆ ਖੇਡਦਾ ਨਾ ਹੁਣ ਦਸਤਖਤ ਪਿਆ ਕਰਦਾ $900 billion ਤੇ ਅਮਰੀਕਾ ਨੂੰ ਪੈਸਾ ਹਰ ਅਮਰੀਕਨ ਨੂੰ $600 ਦੇਣਗੇ ਤਬਾਹੀ ਮਚਾ ਦਿੱਤੀ ਏ ਕਰੋਨਾ ਨੇ ਉੱਥੇ ਤੇ ਆਪਣਾ ਲੋਕੋ ਖਿਆਲ ਕਰੋ ਯੂਕੇ ਦੇ ਵਿੱਚ ਵੀ ਬੰਦੇ ਬੜੇ ਪਰੇਸ਼ਾਨ ਨੇ ਇੱਥੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕੇ ਜਾ ਕੇ ਸਾਰਾ ਕੁਛ ਉਹਨਾਂ ਨੇ ਗਰੋਸਰੀਆਂ ਬੜੀਆਂ ਖਰੀਦੀਆਂ ਸਨ ਮਗਰ ਉਹ ਸਾਰੀਆਂ ਜ਼ਾਇਆ ਚਲੇ ਗਈਆਂ ਕਿਉਂਕਿ ਕਰੋਨਾ ਨੇ ਝੰਡੇ ਕੱਢ ਲਿੱਤੇ ਨੇ ਫਿਰ ਸਾਰਾ ਜਿਹੜੇ ਯੂਕੇ ਦੇ 4 ਨੇਸ਼ਨਾਂ ਦੇ ਵਿੱਚ ਵੇਲਸ ਵੀ ਬੰਦ ਪਿਆ ਹੋਇਆ ਏ ਨਾਰਦਰਨ ਆਇਰਲੈਂਡ ਵੀ ਬੰਦ ਪਿਆ ਹੋਇਆ ਏ ਸਕਾਟਲੈਂਡ ਵੀ ਬੰਦ ਪਿਆ ਹੋਇਆ ਲੋਕੋ ਕਰੋ ਆਪਣੇ ਕੰਟਰੋਲ 'ਚ ਰੱਖੋ ਕਰੋਨਾ ਨੂੰ ਫੇਸ ਮਾਸਕ ਪਾਵੋ ਹੱਥ ਧੋਵੋ ਘਰਾਂ ਨਾ ਜਾਵੋ ਤੇ ਬਸ ਅੰਦਰ ਹੀ ਰਹੋ